ਹੈਲੋ एवरीवन ਟੂਡੇ ਆਈ ਸ਼ੇਅਰ ਆ ਕੁਐਸਚਨ ਪੇਪਰ ਆਫ ਪੋਸਟ ਐਮਏ ਡਿਪਲੋਮਾ ਇਨ ਪ੍ਰੋਫੈਸ਼ਨਲ ਕਾਉਂਸਲਿੰਗ ਐਂਡ ਸਾਈਕੋਥੈਰੇਪੀ ਫਰਸਟ ਸੈਮੈਸਟਰ ਦਾ ਕੁਐਸਚਨ ਪੇਪਰ ਪੇਪਰ ਦਾ ਨੇਮ ਹੈ ਜੀ ਪੇਪਰ ਸੈਕਿੰਗ ਅਸੈਸਮੈਂਟ ਐਂਡ ਡਾਇਗਨੋਸਿਸ ਸੋ ਇਹ ਵਾਲਾ ਕੰਪਲੀਟ ਕੁਐਸਚਨ ਪੇਪਰ ਆਈ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੇਗਾ ਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਕੁਐਸਚਨ ਪੇਪਰ ਹੈ 2020 ਟੂ ਦਾ ਤੁਹਾਡੇ ਸੈਕਸ ਐਗਜ਼ਾਮ ਦੀ ਗੱਲ ਕਰੀਏ ਤਾਂ 80 ਮਾਰਕਸ ਦਾ ਤੁਹਾਡਾ ਐਗਜ਼ਾਮ ਹੈ ਤਾਂ 3 ਆਵਰਜ਼ ਹੁੰਦੇ ਆ ਤੁਹਾਡੇ ਕੋਲੇ ਇਸ ਐਗਜ਼ਾਮ ਨੂੰ ਕੰਪਲੀਟ ਕਰਨ ਦੇ ਲਈ ਨੋਟ ਇਹਨਾਂ ਨੇ ਲਿਖਿਆ ਜੀ ਅਟੈਂਪਟ 5 ਕੁਐਸਚਨਸ ਇਨ 올 ਇਨਕਲੂਡਿੰਗ ਕੁਐਸਚਨ ਨੰਬਰ 1 ਵਿਚ ਇਜ਼ ਕੰਪਲਸਰੀ ਐਂਡ ਸਿਲੈਕਟਿੰਗ 1 ਕੁਐਸਚਨ ਫਰਮ ਈਚ ਯੂਨਿਟ ਟੋਟਲ ਤੁਸੀ 5 ਕੁਐਸਚਨ ਦੇ ਅਨਸਰ ਦੇਣੇ ਹੁੰਦੇ ਆ ਕੁਐਸਚਨ ਨੰਬਰ 1 ਤੁਹਾਡੇ ਲਈ ਕੰਪਲਸਰੀ ਹੈ ਤੇ ਉਸ ਤੋਂ ਇਲਾਵਾ ਜਿੰਨੇ ਵੀ ਯੂਨਿਟ ਹੁੰਦੇ ਨੇ ਉਹਨਾਂ ਦੇ ਵਿੱਚ 2-2 ਕੁਐਸਚਨ ਹੁੰਦੇ ਨੇ ਤੇ ਕਿਸੇ ਇੱਕ ਕੁਐਸਚਨ ਦਾ ਤੁਸੀ ਅਨਸਰ ਦੇਣਾ ਹੁੰਦਾ ਹੈ ਸੋ ਫਰਸਟ ਆ ਜਾਂਦਾ ਜੀ ਤੁਹਾਡਾ ਅਨਸਰ ਆਨੀ 10 ਆਫ ਦਾ ਫਾਲੋਇੰਗ ਕੁਐਸਚਨ ਨੰਬਰ 1 ਮੈਂ ਕੰਪਲੀਟ ਤੁਹਾਨੂੰ ਸਕਰੀਨ ਤੇ ਸ਼ੋ ਕਰਵਾ ਰਹੀ ਆ ਅਨਸਰ ਆਨੀ 10 ਆਫ ਦਾ ਫਾਲੋਇੰਗ ਸੋ ਇਹ ਵਾਲੇ ਸ਼ਾਰਟ ਕੁਐਸਚਨ ਨੇ ਤੁਹਾਡੇ ਸੋ ਇਹਨਾਂ ਦੇ ਵਿੱਚੋਂ ਕਿਸੇ ਤੁਸੀਂ ਐਨੀ 10 ਕੁਐਸਚਨ ਦੇ ਆਨਸਰ ਤੁਸੀਂ ਦੇਨੇ ਹੁੰਦੇ ਆ ਤੇ 2 ਮਾਰਕਸ ਦਾ ਤੁਹਾਡਾ ਇੱਕ ਆਨਸਰ ਹੁੰਦਾ ਤੇ ਟੋਟਲ ਤੁਸੀਂ 20 ਮਾਰਕਸ ਇਹਦੇ ਵਿੱਚੋਂ ਗੈਨ ਕਰ ਸਕਦੇ ਹੋ ਸਕਰੀਨ ਸ਼ਾਟ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਉਸ ਤੋਂ ਬਾਅਦ ਆ ਜਾਂਦੇ ਜੀ ਤੁਹਾਡੇ ਲੌਂਗ ਕੁਐਸਚਨ ਸੋ ਲੌਂਗ ਕੁਐਸਚਨ ਫਰਸਟ ਤੁਹਾਨੂੰ ਸਕਰੀਨ ਤੇ ਸ਼ੋ ਹੋ ਰਿਹਾ ਜੀ ਯੂਨਿਟ 1 ਤੇ ਯੂਨਿਟ 2 ਇਹਦੇ ਵਿੱਚ 2 ਕੁਐਸਚਨ ਨੇ ਹਰ ਇੱਕ ਯੂਨਿਟ ਦੇ ਵਿੱਚ ਤੇ ਕਿਸੇ ਇੱਕ ਦਾ ਤੁਸੀਂ ਆਨਸਰ ਦੇਣਾ ਹੁੰਦਾ 15 ਮਾਰਕਸ ਦਾ ਤੁਹਾਡਾ ਇੱਕ ਆਨਸਰ ਹੁੰਦਾ ਹੈ। ਇਸੇ ਕਾਜੀ ਤੁਹਾਡਾ ਯੂਨਿਟ 1 ਤੇ ਯੂਨਿਟ 2। ਨੈਕਸਟ ਮੈਥਡ ਨੂੰ ਤੁਹਾਡੇ ਨਾਲ ਸ਼ੇਅਰ ਕਰਨ ਜਾਣੀ ਜੀ ਤੁਹਾਡਾ ਯੂਨਿਟ 3 ਤੇ ਯੂਨਿਟ 4। ਸੋ ਸਕਰੀਨ ਤੇ ਤੁਹਾਨੂੰ ਯੂਨਿਟ 3 ਤੇ ਯੂਨਿਟ 4 ਸ਼ੋ ਹੋ ਰਿਹਾ ਇਹਦੇ ਵਿੱਚ ਵੀ ਟੂ ਕੁਐਸਚਨ ਨੇ ਤੇ ਕਿਸੇ ਇੱਕ ਕੁਐਸਚਨ ਦਾ ਤੁਸੀਂ ਆਨਸਰ ਦੇਣਾ ਹੁੰਦਾ ਹੈ। ਇਹਦਾ ਵੀ ਸਕਰੀਨਸ਼ਾਟ ਤੁਸੀਂ ਲੈ ਸਕਦੇ ਹੋ। ਤੇ ਤੁਹਾਡੇ ਅੱਗੇ ਇੱਕ ਰਿਕਵੈਸਟ ਹੈ ਜੀ ਜੋ ਤੁਹਾਡੇ WhatsApp ਗਰੁੱਪਸ ਬਣੇ ਹੁੰਦੇ ਨੇ ਆਪਣੇ ਫਰੈਂਡਸ ਦੇ ਨਾਲ ਜਰੂਰ ਉਹਨਾਂ ਦੇ ਵਿੱਚ ਇਸ ਵੀਡੀਓ ਦਾ ਲਿੰਕ ਸ਼ੇਅਰ ਕਰੋ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਤੇ ਜੇਕਰ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ ਥੈਂਕਸ ਫਾਰ ਵਾਚਿੰਗ